सानू हिदायतां इह ने कि माल गड्डियां जिहड़ियां ने उह चालू कीती जा रहियां ने। पसेंजर ट्रेनां दी इनफॉर्मेशन साडे कोल नहीं है, लेकिन जिहड़ियां मेल ट्रेनां है जिहड़ी पहले अमृतसरों चलदियां सीगियां उन्हां नू दुबारा रीस्टोर जिहड़ा अमृतसर तों कर रहे ने। कुछ हरेक बाहरों आ के 25 तरीक तों चालू कर रहे ने। अगर किसान ट्रैक ते बैठे होणगे फिर कोई कंप्लीकेशन खड़ी हो सकती है, लेकिन फिलहाल इनफॉर्मेशन यह है कि जिहड़ियां मेलां जां फेस्टिवल ट्रेन है वह 25 तरीक तों अमृतसर तों चालू हो रही ने। ਇਹਦਾ ਮਤਲਬ ਕਿ ਜੇ ਮੰਨ ਲਿਆ ਜਾਵੇ ਕਿ ਅੰਮ੍ਰਿਤਸਰ ਤੋਂ ਪਠਾਨਕੋਟ ਜਿਹੜਾ ਟਰੈਕ ਹੈਗਾ ਇਹ 'ਤੇ 25 ਤਰੀਕ ਤੱਕ ਹਾਲੇ ਕੋਈ ਫਿਲਹਾਲ ਯਾਤਰੂ ਟ੍ਰੇਨ ਨਹੀਂ ਚੱਲੇਗੀ? ਨਹੀਂ, ਇਸ ਲਾਈਨ 'ਤੇ ਹਾਲੇ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਇਸ ਲਾਈਨ 'ਤੇ ਕੋਈ ਚੱਲਣ ਗਿਆ, ਲੇਕਿਨ ਰੇਲਵੇ ਕਿਸੇ ਵਕਤ ਵੀ ਆਪਣਾ ਕੋਈ ਪਲਾਨਿੰਗ ਬਣਾ ਸਕਦੀ ਹੈ। ਫਿਲਹਾਲ ਉਹ ਤਾਂ ਟਰਾਇਲ ਕਰਕੇ ਦੇਖਣਗੇ, ਪਹਿਲਾਂ ਮਾਲ ਗੱਡੀਆਂ ਆਉਣਗੀਆਂ, ਫਿਰ ਅੰਮ੍ਰਿਤਸਰੋਂ ਜਿਹੜੀਆਂ ਫੈਸਟੀਵਲ ਨੇ ਮੇਲਾ ਐਕਸਪ੍ਰੈਸ ਜਿਹੜੀਆਂ ਚੱਲਦੀਆਂ ਨੇ ਲਾਂਗ ਰੋਡ ਦੀਆਂ ਉਹ ਚਾਲੂ ਹੋਣਗੀਆਂ। ਉਹਦੇ ਬਾਅਦ ਇੱਧਰੋਂ ਮਾਲ ਗੱਡੀਆਂ ਆਉਣਗੀਆਂ ਸਾਡੇ ਕੋਲ, ਉਹ ਡਿਸਾਈਡ ਕਰਨਗੇ ਕਿ ਸਿਕਿਉਰਿਟੀ ਕੈਸੀ ਹੈ ਕੈਸੀ ਨਹੀਂ, ਉਹਦੇ ਹਿਸਾਬ ਨਾਲ ਹੀ ਕੰਟੀਨਿਊ ਅੱਗੇ ਚੱਲੇਗਾ ਕੰਮ। ਜੇ ਪਿਛਲੇ ਦਿਨਾਂ 'ਚ ਦੇਖਿਆ ਜਾਵੇ ਤਾਂ ਰੋਜ਼ਾਨਾ ਕਿੰਨੀਆਂ ਟ੍ਰੇਨਾਂ ਯਾਤਰੂ ਟ੍ਰੇਨਾਂ ਅਤੇ ਮਾਲ ਗੱਡੀਆਂ ਇਸ ਟਰੈਕ ਤੋਂ ਨਿਕਲਦੀਆਂ ਨੇ ਇੱਥੋਂ? ਪੈਸੰਜਰ ਅਤੇ ਮੇਲ ਟ੍ਰੇਨਾਂ ਬਣਾ ਕੇ ਮੇਰੇ ਕੋਲ ਡੇ ਐਂਡ ਨਾਈਟ ਦੇ 24 ਪੇਅਰ ਨੇ, 12 ਪੇਅਰ ਨੇ। ਮਾਲ ਗੱਡੀਆਂ ਵੀ 3-4 ਪੇਅਰ ਨਿਕਲ ਜਾਂਦੀਆਂ ਨੇ, 3-4 ਪੇਅਰ ਮਾਲ ਗੱਡੀਆਂ ਵੀ ਨਿਕਲ ਜਾਂਦੀਆਂ ਨੇ। हक ते सच दी खबर ले लाइक ते सब्सक्राइब करो पंजाब दा नंबर 1 डिजिटल न्यूज़ चैनल द फैक्ट न्यूज़।